ਕਿਵੇਂ ਮੂੰਹ ਜਾ ਸੱਟਿਆ ਅਰ ਸ਼ਰਮ ਨਹੀਂ ਯਾਰ ਦੇਖ ਲਾ ਅੱਛਾ ਬਾਹਰ ਕੱਢਦਾ ਕੀ ਵੀ ਯਾਰ ਲੈਕਚਰ ਨਾਲ ਆਪਾਂ ਕਿਹੜੀਆਂ ਡਿਗਰੀਆਂ ਕਰਨੀਆਂ ਕਿਉਂ ਜੱਟਾਂ ਨੂੰ ਪੜਾਈ ਤਾਂ ਹੁੰਦੀ ਹੋ ਜਹਿਰ ਵਰਗੀ ਆ ਤੈਨੂੰ ਮੈਂ ਸਮਝਾਉਣਾ 10ਵੀਂ ਦੇ ਵਿੱਚ ਬਦਮਾਸ਼ੀ ਸ਼ੁਰੂ ਕਰ ਲਈ ਮੈਂ ਤੇ ਆਲੀ ਮੈਡਮ ਅਸੀਂ ਬਾਹੋਂ ਯਾਰੋ ਫੜ ਲਈ ਤੈਨੂੰ ਕੁਛ ਪੜਨਾ ਨਹੀਂ ਆਉਂਦਾ ਕਹਿੰਦੀ ਕਾਕਾ ਤੈਨੂੰ ਕੁਛ ਪੜਨਾ ਨਹੀਂ ਆਉਂਦਾ ਤੇਰੇ ਹੱਥਾਂ ਚੋਂ ਪੜਾਈ ਦੀ ਲਕੀਰ ਮਰ ਗਈ ਜੱਟਾਂ ਨੂੰ ਪੜਾਈ ਹੁੰਦੀ ਜੱਟਾਂ ਨੂੰ ਪੜਾਈ ਹੁੰਦੀ ਜ਼ਹਿਰ ਵਾਲੀ ਵਿੱਚ ਲੁਧਿਆਣੇ ਐਸਾ ਕੋਈ ਨਹੀਂ ਮੋੜ ਜਿੱਥੇ ਹੋਵਾਂ ਨਾ ਮੈਂ ਯਾਰੋ ਕਦੇ ਖੜਿਆ ਵਿੱਚ ਲੁਧਿਆਣੇ ਐਸਾ ਕੋਈ ਨਹੀਂ ਮੋੜ ਜਿੱਥੇ ਹੋਵਾਂ ਨਾ ਮੈਂ ਯਾਰੋ ਕਦੇ ਖੜਿਆ ਵਾਧੂ ਘੱਟ ਕਿਸੇ ਨਾਲ ਗੱਲ ਨਾ ਮੈਂ ਕਰਾਂ ਯਾਰਾਂ ਬੇਲੀਆਂ ਦੇ ਲਈ ਸਦਾ ਲੜਿਆ ਰੋਜ਼ ਸ਼ਾਮੀ ਪੀ ਵੀ ਯਾਰ ਦਾ ਵੀ ਗੇੜਾ ਇੱਕ ਲਾਉਣਾ ਸ਼ਾਮੀ ਮਾਲ ਰੋਡ ਦਾ ਵੀ ਗੇੜਾ ਇੱਕ ਲਾਉਣਾ ਮੌਜ ਲੱਭਣੀ ਨੀ ਲੁਧਿਆਣੇ ਸ਼ਹਿਰ ਵਾਲੀ ਜੱਟਾਂ ਨੂੰ ਪੜ੍ਹਾਈ ਹੁੰਦੀ ਜੱਟਾਂ ਦੇ ਮੁੰਡੇ ਦਸ ਵੀ ਕੀਤੀ ਪਾਸ ਬਾਰੂ ਵਿੱਚੋਂ ਦੂਜੀ ਵਾਰੀ ਪਾਸ ਹੋਣ ਦੇ ਨੀ ਚਾਂਸ ਬਸ 33% ਉੱਤੇ ਰੱਖੀ ਆਪਾਂ ਯਾਸ ਉਹ ਪੈਸੇ ਪੂਸੇ ਦੇ ਕੇ ਜਾਣ ਆਪਾਂ ਪਾਸ ਜੱਟੇ ਬਾਪੂ ਦੀਆਂ ਗਾਲਾਂ ਸੁਣ ਕੰਨ ਪੱਕ ਦੇ ਨਾਲੀ ਇੱਕ ਪਿੱਛੇ ਗੇੜੀ ਲਾਲਾ ਯਾਰ ਥੱਕ ਦੇ ਚੱਕ ਦੇ ਲੁਡਾਕੂ ਥੋੜੀ ਬੀਟ ਚੱਕ ਦੇ ਹੁਣ ਜੱਟਾਂ ਦੇ ਮੁੰਡੇ ਦੇ ਸ਼ੇਰਾਂ ਵਾਂਗੂ ਨੱਚ ਦੇ ਕਾਲਜਾਂ ਦੇ ਵਿੱਚ ਫੁੱਲ ਕਰਨੀ ਆ ਲੀਡਰੀ ਖੇਤੀ ਹਲਵਾਉਣਾ ਕੀ ਕਰਨੀ ਮੈਂ ਡਿਗਰੀ ਫੁੱਲ ਕਰਨੀ ਮੈਂ ਲੀਡਰੀ ਖੇਤੀ ਹਲਾਉਣਾ ਕੀ ਕਰਨੀ ਮੈਂ ਡਿਗਰੀ ਬੰਕ ਮਾਰ ਮਾਰ ਨਾਲੇ ਫਿਲਮਾਂ ਜੋ ਦੇਖੀਆਂ ਬੰਕ ਮਾਰ ਮਾਰ ਨਾਲੇ ਫਿਲਮਾਂ ਜੋ ਦੇਖੀਆਂ ਜਿੱਥੇ ਕਾਲਜ ਚ ਗੁੱਜੀ ਜੀ ਲਹਿਰ ਵਰਗੀ ਜੱਟਾਂ ਨੂੰ ਪੜ੍ਹਾਈ ਹੁੰਦੀ ਬਸ ਬਣੀ ਹੋਣੀ ਚਾਹੀਦੀ ਚੰਡੀਗੜ੍ਹ ਤੱਕ ਗੱਲ ਬਾਤ ਤੁਹਾਡੇ ਬਾਈ ਦੀ ਟੀਚਰਾਂ ਦੇ ਨਾਲ ਬਸ ਬਣੀ ਹੋਣੀ ਚਾਹੀਦੀ ਚੰਡੀਗੜ੍ਹ ਤੱਕ ਗੱਲ ਬਾਤ ਤੁਹਾਡੇ ਬਾਈ ਦੀ ਪੈਸਾ ਖੁੱਲਾ ਬਾਪੂ ਨੇ ਚੜਾਉਣਾ ਚੰਡੀਗੜ੍ਹ ਦੇਖੀ ਮਿੱਤਰਾਂ ਦੀ ਕਾਟੋ ਫੁੱਲਾਂ ਉੱਤੇ ਚੜਦੀ ਜੱਟਾਂ ਨੂੰ ਪੜ੍ਹਾਈ ਹੁੰਦੀ ਜੱਟਾਂ ਨੂੰ ਪੜ੍ਹਾਈ ਹੁੰਦੀ ਜ਼ਹਿਰ ਵਾਲੀ